ਵਾਕੜ 385 ਨੂੰ ਲਾਇਦਾ ਤੇ ਕੱਸੂ ਭਰ ਰਹੇ ਆ। ਉਹ ਦੋ ਗੱਡੀਆਂ ਪਹਿਲੇ ਖੜੀਆਂ ਰੱਖਦੇ, ਇਹ ਮੇਰਾ ਟਰੈਕਟਰ ਖੜਾ ਇੱਧਰ, ਮੈਂ ਵੀ ਕੱਸੂ ਲੈ ਕੇ, ਮੈਂ ਤਾਂ ਮੋਟਰਸਾਈਕਲ 'ਤੇ ਆਇਆ, ਇੱਕ ਇਸ ਸਾਈਡ 'ਤੇ ਜਾ ਰਿਹਾ। ਦੋ ਵਾਕੜ ਦੂਸਰਾ ਵਾਕੜ ਪਾ ਦਿੱਤਾ, ਬੰਦਾ ਹਿਸਾਬ ਨਾਲ ਮੈਨੂੰ ਨਵਾਂ ਹੀ ਲੱਗਦਾ ਪਿਆ, ਬਾਕੜੇ ਤੋਂ ਕੋਈ ਪੂਰਾ ਨਹੀਂ ਭਰੋ ਰਿਹਾ। ਜਿੰਨੇ ਦਿਨ ਵਾਕੜ ਪਾੜ ਰਹੇ ਤੋ ਵਾਕੜ ਨਾਲ ਟਰਾਲੀ ਭਰੋ ਜਾਂਦੀ ਹੈ, ਵਾਕੜ ਦੇ ਮੈਨੂੰ ਹਿਸਾਬ ਨਾਲ ਡਰਾਈਵਰ ਨੂੰ ਭਰਨੇ ਨਹੀਂ ਆਉਂਦੇ। ਇਹ ਕਰਦਾ ਕੀ ਹੈ ਜਾਂ ਜਾ ਸਿੱਖਦੇ ਪਏ? ਮਾਸਾ ਮਾਸਾ ਕਿੰਨਾ ਵਾਕੜ ਪਾਇਆ? ਇੱਕ ਦੇਰ ਕਿੰਨੇ ਵਾਕੜ ਪਾਉਂਦਾ ਵਿੱਚ? ਕੰਮ ਤਾਂ ਹੈ ਤਾਂ ਬੜਾ ਵਧੀਆ ਹੈ ਵਾਕੜ ਵਾਲਾ, ਜਿੱਥੇ ਅੱਡਾ ਲਾਉਣੇ ਪੈਂਦਾ। ਰੇਤ ਭਰ ਦੇਵੇ ਕੱਸੂ, ਇਹ ਕੱਸੂ ਹੈ ਨਾ, ਫਸਾਹੜੀ ਹੁਣ ਉਹਨਾਂ ਨੇ ਬਸ ਇੱਟਾਂ ਪੱਥਰੀ ਤਾਂ ਇਹ ਭੱਠੇ ਵਾਲੇ ਖੜਨੇ। ਇਹ ਵੀ ਭੱਠੇ ਵਾਲੇ ਗੱਡੀ ਹੈ, ਇਹ ਤੋਲੇ ਵਾਲਿਆਂ ਦੀ ਹੈ। ਉਹ ਤਾਂ ਦੁਨੀਆ ਦੀ ਕਿਹੜੀ ਇਹ ਫਰਿਆਦ ਵਾਲੀ ਹੈ? ਅਰੇ ਵਾਕੜ ਛੋਟਾ ਮੈਂ ਚਾਸੀ ਦਾ ਲਾ, ਕਿੰਨੇ ਵਜੇ ਇੱਕ ਵਾਕੜ ਪਾ ਦਿੱਤਾ ਅਤੇ ਤਕਰੀਬਨ ਕਿੰਨਵਾਂ ਵਾਕੜ ਪਾਇਆ? ਕਿੰਨਵਾਂ ਪਾਇਆ ਵਾਕੜ? ਪੰਜ ਵਾਕੜ ਪੈ ਗਏ ਨੇ। ਕੰਮ ਤਾਂ ਬੜਾ ਵਧੀਆ, 85 ਦਾ ਪਲੇਟ ਵਾਕੜ ਵਾਲਾ, ਪਲੇਟ ਨਾਲ ਜਲਦੀ ਭਰ ਲੈਂਦੀ ਹੈ। ਅਗਰ ਪਿੱਛੇ ਬੈਕ ਹੋਦੀ ਨਾ ਤਾਂ ਫਿਰ ਉਹ ਵੈਸੇ ਆਸਾਨੀ ਹੋ ਜਾਂਦੀ ਹੈ। ਸਹੀ ਭਰੋਇਆ ਤਾਂ